ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਐਂਡ ਡਾਕਟਰ ਸਾਹਿਬ, ਅਸੀਂ ਈਮੇਲ ਡਿਸਕਸ ਕਰ ਰਹੇ ਸੀ ਵੀਰ ਪਰਮਜੀਤ ਸਿੰਘ ਜੀ। ਹਾਂਜੀ, ਉਹਨਾਂ ਦੇ ਜਿਹੜੇ ਦੂਸਰੇ ਨੁਕਤੇ ਨੇ, ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ 'ਚੋਂ ਜਿਹਨੂੰ ਅਸੀਂ ਕਹਿੰਦੇ ਹਾਂ ਗ੍ਰੀਨ ਪੈਸਚਰ ਦੀ ਭਾਲ 'ਚ ਪੰਛੀ ਵੀ ਉੱਡਦੇ ਨੇ। ਉਡੈ ਉਡਾਵੈ ਸਹਿ ਕੋਸਾਂ ਅਤੇ ਸਪਾਛੈ ਬਚਰੇ ਛਰਿਆ, ਖੁਰਾਕ ਦੇ ਲਈ ਜੀ ਜੀ, ਆਪਣੀ ਸਰਵਾਈਵਲ ਦੇ ਲਈ ਜੀ। ਪੰਜਾਬ ਦੇ ਵਿੱਚ ਸਾਧਨ ਨਹੀਂ ਨੇ, ਬੇਰੁਜ਼ਗਾਰੀ ਹੈ, ਕੋਈ ਇੰਡਸਟਰੀ ਡਿਵੈਲਪ ਨਹੀਂ ਹੋਈ। ਪੰਜਾਬ ਦੀ ਜਵਾਨੀ ਨੂੰ ਔਰ ਖਾਸ ਤੌਰ 'ਤੇ ਪੇਂਡੂ ਸਿੱਖਾਂ ਨੂੰ ਆਪਣਾ ਘਰ ਬਾਰ ਛੱਡ ਕੇ ਬਾਹਰ ਨਿਕਲਣਾ ਪਿਆ। ਔਰ ਜ਼ਾਹਰ ਹੈ ਕਿ ਪੰਜਾਬ 'ਚ ਬਹੁਤ ਸਾਰੀ ਡਿਪੈਂਡੈਂਸ ਜਿਹੜੀ ਲੇਬਰ ਦੀ ਯੂਪੀ ਬਿਹਾਰ ਵਾਲਿਆਂ 'ਤੇ ਹੈ, ਔਰ ਲੇਬਰ ਉਹ ਆ ਰਹੀ ਔਰ ਉਹਨੂੰ ਵੀ ਇੱਕ ਪੂਰੀ ਨੀਤੀ ਦੇ ਤਹਿਤ ਪੰਜਾਬ ਦੇ ਵਿੱਚ ਯੂਪੀ ਬਿਹਾਰ ਦੀ ਮਾਈਗ੍ਰੈਂਟ ਲੇਬਰ ਨੂੰ ਵਸਾਇਆ ਜਾ ਰਿਹਾ। ਹੁਣ ਉਹਨਾਂ ਦਾ ਇਹ ਫੀਅਰ ਹੈ ਕਿ ਵੀ ਇਸ ਤਰੀਕੇ ਦੇ ਨਾਲ ਸਾਡੀ ਆਬਾਦੀ ਬਹੁਤ ਘੱਟ ਰਹੀ ਹੈ। ਹੁਣ ਦੇਖੋ, ਇਹ ਤਾਂ ਅਸੀਂ ਰੋਕ ਨਹੀਂ ਸਕਦੇ, ਅਸੀਂ ਵੀ ਸਾਰੇ ਬਾਹਰ ਆਏ, ਕੋਈ ਸਿਆਸੀ ਕਾਰਨਾਂ ਕਰਕੇ ਆਇਆ, ਕੋਈ ਆਰਥਿਕ ਕਾਰਨਾਂ ਕਰਕੇ ਆਇਆ ਜੀ ਜੀ, ਪਰ ਇਹੀ ਇੱਕ ਕਾਰਨ ਵੀ ਹੈ ਜੇ ਅੱਜ ਪੰਜਾਬ ਦੇ ਬਹੁਤ ਸਾਰੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ ਹੈ ਜੀ, ਤਾਂ ਉਹਦਾ ਕਾਰਨ ਬਾਹਰਲੇ ਸਿੱਖ ਨੇ। ਕੋਈ ਐਸਾ ਪਰਿਵਾਰ ਨਹੀਂ ਹੈ ਜਿਹੜਾ ਉੱਥੇ ਦੇ ਆਪਣੇ ਸਾਧਨਾਂ ਰਾਹੀਂ, ਜ਼ਮੀਨ ਦੀ ਡਿਵੀਜ਼ਨ ਹੁੰਦੀ ਚਲੀ ਗਈ ਜੀ ਜੀ, ਕਿ ਉਹ ਆਪਣਾ ਗੁਜ਼ਰ ਕਰ ਸਕੇ। ਔਰ ਹਰ ਇੱਕ ਨੇ ਇਹ ਸੋਚਿਆ, ਪਹਿਲਾਂ ਆਰਥਿਕ ਕਾਰਨ ਸੀ, ਫਿਰ 1980ਵਿਆਂ ਦੇ ਵਿੱਚ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨਾ ਡਿਸਐਪੀਰੀਅੰਸ ਕਾਰਨ ਸੀ ਜੀ, ਉਹਦੇ ਕਰਕੇ ਭੇਜਣ ਦਾ ਫਿਕਰ ਹੋਇਆ। ਹੁਣ ਡਰੱਗਸ ਇੰਨੇ ਵੱਡੇ ਪੈਮਾਨੇ 'ਤੇ ਏਜੰਸੀਆਂ ਨੇ ਲਿਆਂਦੀਆਂ ਪੰਜਾਬ ਦੇ ਵਿੱਚ, ਕਿ ਹੁਣ ਮਾਪਿਓ ਸਮਝਦੇ ਨੇ ਵੀ ਬਾਹਰ ਮੁੰਡਾ ਜਾਏਗਾ ਤਾਂ ਬਚ ਜਾਏਗਾ, ਨਾ ਰਹਿ ਗਿਆ ਤਾਂ ਡਰੱਗੀ ਹੋ ਕੇ ਮਰ ਜਾਏਗਾ। ਸੋ ਇਹ ਵੀ ਜਿਹੜੀ ਤੁਸੀਂ ਆਪਣਾ ਘਰ ਬਾਰ ਉਦੋਂ ਛੱਡਦੇ ਹੋ, ਆਪਣੇ ਮੁਲਕ ਉਦੋਂ ਛੱਡਦੇ ਹੋ ਜਦੋਂ ਕਿ ਤੁਹਾਡੇ ਕੋਲ ਸਾਧਨ ਨਹੀਂ ਹੁੰਦੇ, ਤੁਹਾਡੇ ਕੋਲ ਬੇਸਿਕ ਰੁਜ਼ਗਾਰ ਨਹੀਂ ਹੁੰਦਾ। ਔਰ ਖਾਲਿਸਤਾਨ ਬਣਾਉਣ ਦਾ ਇੱਕ ਮੂਲ ਕਾਰਨ ਇਹ ਵੀ ਹੈ, ਅਦਰ ਦੈਨ ਕਿ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਜਾਂ ਸੁਰੱਖਿਆ, ਕਿ ਖਾਲਿਸਤਾਨ ਦੇ ਵਿੱਚ ਹੁਣ ਇਜ਼ਰਾਈਲ ਦੇ ਵਿੱਚ ਜਿਹੜੀ ਐਵਰੇਜ ਉਹਨਾਂ ਦੀ ਪਰ ਕੈਪਟਾ ਇਨਕਮ ਹੈ ਉਹ ਅਮਰੀਕਾ ਨਾਲੋਂ ਜ਼ਿਆਦਾ ਹੈ, ਛੋਟਾ ਜਿਹਾ ਇੱਕ ਮੁਲਕ ਹੈ, ਔਰ 50-60 ਸਾਲ 'ਚੋਂ ਕਿੱਥੇ ਚਲੇ ਗਏ। ਸੋ ਜੇ ਸਾਡਾ ਆਪਣਾ ਮੁਲਕ ਹੁੰਦਾ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਇੱਕ ਮੂਲ ਕਾਰਨ ਨੇ ਜਿਹੜੇ ਕਿ ਖਾਲਿਸਤਾਨ ਦਾ ਰੈਜ਼ਨ ਡੈਟਰ ਹੈ ਉਹਨੂੰ ਬਣਾਉਣ ਦੇ ਕਾਰਨ ਨੇ। ਲੇਕਿਨ ਜਦੋਂ ਵੀ ਰੈਫਰੈਂਡਮ ਹੁੰਦੇ ਨੇ ਜਾਂ ਜਦੋਂ ਇਸਤੇਮਾਲ ਹੁੰਦਾ ਹੈ, ਉਦੋਂ ਕੋਈ ਇਹ ਕ੍ਰਾਈਟੇਰੀਆ ਨਹੀਂ ਹੁੰਦਾ ਵੀ ਜਿਹੜਾ 20 ਸਾਲ ਪਹਿਲਾਂ ਆਇਆ ਉੱਥੇ ਦਾ ਰੈਜ਼ੀਡੈਂਟ ਬਣ ਗਿਆ। ਹੁਣ ਤੁਸੀਂ ਲਿਥੁਆਨੀਆ, ਲਾਤਵੀਆ, ਐਸਟੋਨੀਆ ਕਿਵੇਂ ਦੇ ਉਹਨਾਂ ਨੇ ਕ੍ਰਾਈਟੇਰੀਆ ਬਣਾਏ ਨੇ, 35-40 ਲੱਖ ਸਿੱਖ ਜਿਹੜਾ ਬਾਹਰ ਆਇਆ ਉਹ ਵੀ ਇਕੁਅਲੀ ਪਾਰਟੀਸਪੈਂਟ ਹੋਏਗਾ ਉਹਦੇ 'ਚ, ਜਿਵੇਂ ਕਿ ਸਾਊਥ ਸੁਡਾਨ ਦੇ ਵਿੱਚ ਤਾਂ ਈਸਟ ਤੈਮੂਰ ਵਾਲਿਆਂ ਨੂੰ ਹੱਕ ਮਿਲੇ ਨੇ। ਸੋ ਇਹ ਨਹੀਂ ਹੈ ਵੀ ਇਹ ਸਿੰਪਲ ਫਾਰਮੂਲਾ, ਕੋਈ ਵੋਟਾਂ ਥੋੜ੍ਹੀ ਨਾ ਇੰਡੀਅਨ ਸਿਸਟਮ ਦੇ ਵਿੱਚ ਕਿ ਵੀ 2-2 ਜਾਅਲੀ ਕਾਰਡ ਬਣਾਏ ਹੋਏ ਨੇ, ਬਿਹਾਰ 'ਚ ਵੀ ਵੋਟ ਪਾ ਰਹੇ ਨੇ, ਯੂਪੀ 'ਚ ਵੀ ਪਾ ਰਹੇ ਨੇ, ਪੰਜਾਬ 'ਚ 4-4 ਵੋਟਾਂ ਜਾਅਲੀ ਬਣਾ ਕੇ ਪਾ ਰਹੇ ਨੇ ਜੀ। ਸੋ ਇਹ ਫਿਕਰ ਕਰਨ ਵਾਲੀ ਗੱਲ ਨਹੀਂ ਹੈ। ਪਰ ਜਿਵੇਂ ਹਰ ਧਾਰਮਿਕ ਸਿੱਖ ਕਈ ਵਾਰ ਇਸ ਮੁਕਾਮ 'ਤੇ ਆ ਕੇ ਖਲੋ ਜਾਂਦਾ ਜੀ ਕਿ ਪਹਿਲਾਂ ਸਿੱਖ ਬਣ ਜਾਓ, ਖਾਲਿਸਤਾਨ ਆਪੇ ਬਣ ਜਾਏਗਾ, ਜਾਂ ਉਹਨਾਂ ਨੇ ਪਿੰਡਾਂ ਵਾਲਿਆਂ ਨੂੰ ਕੋਟ ਕੀਤਾ ਕਿ ਜੀ ਖਾਲਸੇ ਬਣ ਜਾਓ, ਖਾਲਸਾ ਰਾਜ ਆਪੇ ਬਣ ਜਾਏਗਾ ਜੀ। ਜੇ ਪਿੰਡਾਂ ਵਾਲਿਆਂ ਦੀ ਕਨਵਿਕਸ਼ਨ ਇਹੀ ਹੁੰਦੀ ਪੂਰੀ, ਤਾਂ ਫਿਰ ਉਹ ਧਰਮ ਯੁੱਧ ਮੋਰਚਾ ਕਿਉਂ ਸ਼ੁਰੂ ਕਰਦੇ ਜੀ? ਫਿਰ ਉਹ ਇਹ ਕਿਉਂ ਕਹਿੰਦੇ ਕਿ ਭਾਈ ਹਰ ਪਿੰਡ ਦੇ ਵਿੱਚ ਹਰ ਸਿੱਖ ਜਿਹੜਾ ਅਤੇ ਇੱਕ ਇੱਕ ਮੋਟਰਸਾਈਕਲ 'ਤੇ 3-3 ਨੌਜਵਾਨ ਜੀ ਹਥਿਆਰ ਰੱਖ ਕੇ ਇਨਸਾਫ ਲੈਣਾ, ਕਿਸੇ ਦੇ ਨਾਲ ਧੱਕਾ ਨਹੀਂ ਕਰਨਾ। ਸੋ ਜ਼ਾਹਰ ਹੈ ਕਿ ਸਿੱਖੀ ਪ੍ਰਚਾਰ ਨਾਲ ਨਾਲ ਹੀ ਚੱਲਦਾ। ਔਰ ਖਾਲਸੇ ਦਾ ਕਾਨਸੈਪਟ ਇਹ ਨਹੀਂ ਹੈ ਕਿ ਵੀ ਤੁਸੀਂ ਕਿਸੇ ਸਟੇਜ 'ਤੇ ਕੋਈ ਕੱਟ ਆਫ ਟਾਈਮ ਰੱਖੋਗੇ ਕਿ ਜੀ ਹੁਣ ਸਾਰੇ ਅੰਦਰੋਂ ਸਿੱਖ ਬਣ ਗਏ, ਬਾਹਰੋਂ ਸਿੱਖ ਬਣ ਗਏ, ਹੁਣ ਤੁਸੀਂ ਤੁਹਾਡੇ ਕੋਲ ਰਾਜ ਆਣੇ। ਇਹ ਸਟਰਗਲਸ ਨਾਲ ਨਾਲ ਚੱਲਦੀਆਂ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਸਿੱਖੀ ਪ੍ਰਚਾਰ ਨਹੀਂ ਹੋਣਾ ਚਾਹੀਦਾ। ਔਰ ਨਾ ਹੀ ਜਿਹੜੇ ਵੀਰ ਅਸੀਂ ਇੱਕ ਸਿਆਸੀ ਪਿੰਡ ਨੂੰ ਚੁਣੇ ਹੈ, ਅਸੀਂ ਇਹ ਸਮਝਦੇ ਹਾਂ ਵੀ ਪੋਲੀਟੀਕਲ ਸਟਰਗਲ ਹੈ ਔਰ ਅਸੀਂ ਆਪਣੀ ਕੌਮ ਦੀ ਪੋਜੀਸ਼ਨ ਨੂੰ ਇੰਟਰਨੈਸ਼ਨਲੀ ਪੋਲੀਟੀਕਲੀ ਆਰਟੀਕੁਲੇਟ ਕਰੀਏ, ਪਰ ਅਸੀਂ ਹਰ ਉਸ ਸੰਸਥਾ ਦਾ ਸਮਰਥਨ ਕਰਦੇ ਹਾਂ ਜਿਹੜੇ ਪੰਜਾਬ ਦੇ ਵਿੱਚ ਜਾਂ ਦੁਨੀਆ 'ਚ ਕਿਤੇ ਵੀ ਕੋਈ ਦਸਤਾਰ ਦੀ ਲੜਾਈ ਲੜ ਰਿਹਾ ਹੈ, ਕੋਈ ਭਾਈ ਘਨੱਈਆ ਦੇ ਰਸਤੇ ਨੂੰ ਕਿਸੇ ਨੂੰ ਚੁਣਿਆ, ਕੋਈ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ, ਕੋਈ ਪੰਜਾਬ ਦੇ ਵਿੱਚ ਡੀ ਐਡਿਕਸ਼ਨ ਸੈਂਟਰ ਖੋਲ੍ਹ ਰਿਹਾ, ਜਾਂ ਕੋਈ ਸਿੱਖੀ ਪ੍ਰਚਾਰ ਕਰ ਰਿਹਾ। ਸੋ ਕਿਸੇ ਨੇ ਕਿਸੇ ਨੂੰ ਰੋਕਿਆ ਤਾਂ ਨਹੀਂ ਹੈ ਵੀ ਜੇ ਕੁਛ ਵੀਰਾਂ ਦੀਆਂ ਰੁਚੀਆਂ ਸਿਰਫ ਧਾਰਮਿਕ ਖੇਤਰ ਤੱਕ ਮਹਿਦੂਦ ਰਹਿਣ ਦੀਆਂ ਨੇ, ਤਾਂ ਇਹ ਵੀ ਬਹੁਤ ਚੰਗੀ ਗੱਲ ਹੈ, ਪ੍ਰਚਾਰ ਦੀ ਬਹੁਤ ਜ਼ਿਆਦਾ ਲੋੜ ਹੈ। ਪਰ ਇਹਨੂੰ ਇਹ ਐਕਸਕਲੂਸਿਵ ਬਣਾਉਣਾ ਕਿ ਜੀ ਪਹਿਲਾਂ ਖਾਲਸੇ ਬਣ ਜਾਓ ਫਿਰ ਰਾਜ ਬਣ ਜਾਓ, ਇਵੇਂ ਨਹੀਂ, ਇਹ ਸਾਰੀਆਂ ਨਾਲ ਨਾਲ ਡਿਵੈਲਪਮੈਂਟਸ ਚੱਲਦੀਆਂ ਨੇ। ਪੋਲੀਟੀਕਲ ਪਾਵਰ ਜਿਹੜੀ ਹੈ ਤੁਹਾਡੀ, ਉਹ ਧਰਮ ਪ੍ਰਚਾਰ ਦੇ ਲਈ ਵੀ ਬੜੀ ਸੈਂਟਰਲ ਹੁੰਦੀ ਹੈ, ਇੰਸਟਰੂਮੈਂਟਲ ਹੁੰਦੀ ਹੈ ਜੀ। ਫਿਰ ਉਹਨਾਂ ਨੇ ਰਿਲਾਈ ਕੀਤਾ ਹੈ ਵਣਜਾਰੇ ਸਿੱਖਾਂ ਦੇ ਉੱਤੇ ਜੀ। ਕੁਦਰਤੀ ਇਸ ਵੀਕਐਂਡ 'ਤੇ ਇੱਕ ਸੱਜਣ ਹੋਰ ਸਾਨੂੰ ਮਿਲੇ ਜਿਹੜੇ ਕਿ
ਉਸ ਸੰਸਥਾ ਦੇ ਨਾਲ ਜੁੜੇ ਹੋਏ ਨੇ ਬੰਬਈ ਦੀ ਜਿਹੜੀ ਕਿ ਵਣਜਾਰਿਆਂ ਸਿੱਖਾਂ ਦੇ ਵਿੱਚ ਜਿਹੜਾ ਉਹ ਪ੍ਰਚਾਰ ਦਾ ਔਰ ਉਹਨਾਂ ਨੂੰ ਗੁਰਦੁਆਰੇ ਬਣਾਉਣੇ ਜਾਂ ਐਜੂਕੇਸ਼ਨ ਦੇ ਹਵਾਲੇ ਨਾਲ ਕਾਫ਼ੀ ਉਹਨਾਂ ਨੇ ਪ੍ਰੋਜੈਕਟ ਵਿੱਢੇ ਹੋਏ ਨੇ ਅਤੇ ਉਹਨਾਂ ਨੂੰ ਮੈਂ ਸਟੇਟ ਸਵਾਲ ਪੁੱਛਿਆ ਮੈਂ ਕਿਹਾ ਜੀ ਮੈਂ ਵੀ ਥੋੜ੍ਹਾ ਬਹੁਤ ਜਾਣਨ ਦਾ ਯਤਨ ਕੀਤਾ ਕਿਤੇ ਤਾਂ ਉਹਨਾਂ ਦੀ ਆਬਾਦੀ ਕੋਈ 10 ਕਰੋੜ ਲਿਖਦਾ ਜੀ ਵਣਜਾਰੇ ਸਿੱਖ 10 ਕਰੋੜ ਨੇ ਕੋਈ 8 ਕਰੋੜ ਬਣਾ ਦਿੰਦਾ ਕੋਈ ਕਿੰਨੇ ਮੈਂ ਕਿਹਾ ਤੁਸੀਂ ਇੰਨੇ ਸਾਲਾਂ ਤੋਂ ਜੁੜੇ ਹੋਏ ਹੋ ਪਹਿਲਾਂ ਮੈਨੂੰ ਰੀਅਲਿਸਟਿਕਲੀ ਦੱਸੋ ਵੀ ਕਿੰਨੇ ਨੇ ਵਣਜਾਰੇ ਸਿੱਖ ਜੀ ਸੋ ਉਹਨਾਂ ਨੇ ਕਿਹਾ ਜੀ ਜੇ ਕੁੱਲ ਮਿਲਾ ਕੇ ਦੇਖੀਏ ਮੱਧ ਪ੍ਰਦੇਸ਼ 'ਚ ਆਂਧਰਾ 'ਚ ਕਰਨਾਟਕਾ 'ਚ ਉੜੀਸਾ 'ਚ ਕੁਛ ਛੱਤੀਸਗੜ੍ਹ ਕੁੱਲ ਮਿਲਾ ਕੇ 4 ਤੋਂ 5 ਮਿਲੀਅਨ 40 ਤੋਂ 50 ਲੱਖ ਹੋਣਗੇ ਜਿਹੜੇ ਬਹੁਤ ਸਾਰੇ ਉਹਨਾਂ ਨੂੰ ਆਪਣੀ ਪਛਾਣ ਤਾਂ ਨਹੀਂ ਹੈ ਵੀ ਪਰ ਉਹਨਾਂ ਦੀਆਂ ਜੜ੍ਹਾਂ ਸਿੱਖੀ ਦੇ ਵਿੱਚ ਜ਼ਰੂਰ ਨੇ ਅਤੇ ਬਾਕੀ ਉਹਨਾਂ ਨੇ ਕਿਹਾ ਕਿ ਰਾਜਸਥਾਨ 'ਚ ਇੱਕ ਵੇੜਾ ਸੀ ਅੱਜ ਤੋਂ ਬਹੁਤ ਪਹਿਲਾਂ ਵੀ ਜਿਹੜਾ ਗੁੱਜਰ ਟ੍ਰਾਈਬ ਹੈ ਗੁੱਜਰ ਕਬੀਲਾ ਹੈ ਇਹ ਨਾਨਕਪੰਥੀ ਸੀ ਸਾਰੇ ਪਰ ਇਹ ਹੁਣ ਹਿੰਦੂ ਨੇ ਸੋ ਜ਼ਾਹਰ ਹੈ ਕਿ ਵਣਜਾਰਿਆਂ ਦੀ ਅਪਕੀਪ ਦੇ ਲਈ ਉਹਨਾਂ ਦੇ ਪ੍ਰਚਾਰ ਦੇ ਲਈ ਉਹਨਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਦੇ ਲਈ ਜੋ ਯਤਨ ਕਰਦੇ ਨੇ ਬਹੁਤ ਚੰਗੀ ਗੱਲ ਹੈ ਪਰ ਕਈ ਵਾਰੀ ਅਸੀਂ ਕੁਛ ਚੀਜ਼ਾਂ ਨੂੰ ਬਹੁਤ ਵਧਾ ਕੇ ਦੇਖਦੇ ਹਾਂ ਵੀ ਉਹਦੇ ਨਾਲ ਪਤਾ ਨਹੀਂ ਕਿੰਨਾ ਕੁ ਪਾਰਟ ਸਾਡਾ ਹੋਏਗਾ ਔਰ ਉਹਨਾਂ ਨੂੰ ਵੀ ਅਪਰ ਲੈਵਲ ਤੱਕ ਲਿਆਉਣਾ ਇਹ ਸੌਖਾ ਨਹੀਂ ਹੈ ਔਰ ਉਹਦੇ 'ਚ ਜਿੱਦਾਂ ਉਹਨਾਂ ਨੇ ਆਪ ਹੀ ਜ਼ਿਕਰ ਕੀਤਾ ਸਮਾਜਿਕ ਸਾਡਾ ਕਿਰਦਾਰ ਜਿਹੜਾ ਹੁਣ ਬਈਏ ਨੇ ਬਹੁਤ ਸਾਰੇ ਘਰਾਂ ਦੇ ਵਿੱਚ ਬਈਏ ਨੇ ਉਹਨਾਂ ਨੂੰ ਕਿੰਨਿਆਂ ਕੁ ਨੂੰ ਅਸੀਂ ਪੰਜਾਬੀ ਬੋਲਣ 'ਤੇ ਰਾਹ ਦਿੱਤਾ ਅਸੀਂ ਹਿੰਦੀ ਬੋਲਣ 'ਤੇ ਲੱਗ ਗਏ ਨਾ ਹਿੰਦੀ ਚੱਜ ਦੀ ਬੋਲ ਸਕਦੇ ਹਾਂ ਨਾ ਪੰਜਾਬੀ ਬੋਲ ਸਕਦੇ ਸੋ ਇਸ ਸਾਰੇ 'ਚੋਂ ਤਾਂ ਹੁੰਦਾ ਇਹ ਹੈ ਵੀ ਜਿਹੜੇ ਰੱਖੇ ਨੇ ਬਈਏ ਸਿੱਖ ਕੀ ਬਣਨਾ ਬਹੁਤ ਸਾਰੇ ਉਹਨਾਂ 'ਚੋਂ ਮਰਡਰ ਕਰਕੇ ਦੌੜੇ ਹੁੰਦੇ ਨੇ ਕੋਈ ਲੁੱਟਮਾਰ ਕਰਕੇ ਦੌੜੇ ਹੁੰਦੇ ਨੇ ਜੀ ਔਰ ਉਹਨਾਂ ਨੂੰ ਰੱਖਣ ਦੇ ਲਈ ਕੰਪੀਟੀਸ਼ਨ ਹੁੰਦਾ ਹੈ ਰੇਲਵੇ ਸਟੇਸ਼ਨਾਂ ਤੋਂ ਸ਼ੁਰੂ ਹੋ ਜਾਂਦਾ ਕਿਨੇ ਬਈਆ ਲੈ ਕੇ ਜਾਣਾ ਸੋ ਇਹ ਸਾਰਾ ਪਾਰਟ ਆਈਡੀਓਲੋਜੀਕਲੀ ਠੀਕ ਹੈ ਆਦਰਸ਼ਕ ਤੌਰ 'ਤੇ ਕਿ ਜੀ ਬਈਏ ਸਿੱਖ ਬਣ ਜਾਣ ਹਾਂਜੀ ਫਿਰ ਇੱਕ ਪਾਸੇ ਸਾਨੂੰ ਫਿਕਰ ਹੈ ਹੁਣ ਜਿਹੜੇ ਬਈਏ ਆ ਰਹੇ ਨੇ ਯੂਪੀ ਔਰ ਬਿਹਾਰ 'ਚ ਉਹਨਾਂ 'ਚ ਲਗਭਗ 30% ਮੁਸਲਮਾਨ ਨੇ ਇਸ ਲਈ ਪੰਜਾਬ 'ਚ ਬਹੁਤ ਸਾਰੀਆਂ ਮਸੀਤਾਂ ਵੀ ਖੁੱਲੀਆਂ ਨੇ ਸੋ ਅਸੀਂ ਕੋਈ ਕਿਸੇ ਦਾ ਧਰਮ ਪਰਿਵਰਤਨ 'ਚ ਤਾਂ ਨਹੀਂ ਯਕੀਨ ਰੱਖਦੇ ਜੇ ਸਿੱਖੀ ਦੀ ਖੁਸ਼ਬੋ ਹੈ ਘਰਾਂ ਦੇ ਵਿੱਚ ਕੁਛ ਇੰਸਟੈਂਸ ਨੇ ਜਿੱਥੇ ਬਈਏ ਸਿੱਖ ਬਣੇ ਨੇ ਬਹੁਤ ਥੋੜ੍ਹੇ ਉਹਨਾਂ ਅਧਿਆਤਮਿਕ ਚੇਂਜ ਹੁੰਦੀ ਹੈ ਇਹ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਹੈ ਧਰਮ ਨੂੰ ਬਦਲਣਾ ਇਹ ਤੁਹਾਡੀ ਕਨਵਿਕਸ਼ਨ ਹੈ ਔਰ ਉਹਦੇ 'ਚ ਅਸੀਂ ਇਹ ਦੇਖਦੇ ਹਾਂ ਕਿ ਵੀ ਉਹਨਾਂ ਦੀ ਮੁੜ ਕੇ ਸੋਸ਼ਲ ਐਕਸੈਪਟੈਂਸ ਕਿੰਨੀ ਕੁ ਹੋਣੀ ਹੈ ਬਈਆਂ ਦੇ ਨਾਲ ਅਸੀਂ ਤਾਂ ਜਿਹੜੇ ਪੰਜਾਬ 500 ਸਾਲ ਤੋਂ ਸਿੱਖੀ ਦੇ ਨਾਲ ਤੁਰੇ ਹੋਏ ਨੇ ਅਸੀਂ ਉਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਦੇ ਜੇ ਕਿਸੇ ਬੱਚੇ ਬੱਚੀ ਦਾ ਆਨੰਦ ਕਾਰਜ ਕੋ ਆਪਣੀ ਮਰਜ਼ੀ ਨਾਲ ਕਰ ਰਹੇ ਨੇ ਮਰਡਰ ਹੋ ਜਾਂਦੇ ਨੇ ਇਸ ਗੱਲ ਦੇ ਉੱਤੇ ਉਦੋਂ ਸਾਡੀ ਸਿੱਖੀ ਸਭ ਗਾਇਬ ਹੋ ਜਾਂਦੇ ਉਦੋਂ ਸਾਡੇ ਵਿਚਲਾ ਟ੍ਰਾਈਬ ਜਿਹੜਾ ਕਬੀਲਾ ਜਿਹੜਾ ਹੈ ਉਹ ਜਾਗਦਾ ਹੋ ਜਾਂਦਾ ਸੋ ਇਹ ਸਮਾਜਿਕ ਜਾਂ ਸੋਸ਼ਲ ਬਿਮਾਰੀ ਹੈ ਉਹਦਾ ਨਾ ਤੁਹਾਡੇ ਕੋਲ ਇਲਾਜ ਹੈ ਪਰਮਜੀਤ ਸਿੰਘ ਜੀ ਨਾ ਮੇਰੇ ਕੋਲ ਇਲਾਜ ਹੈ ਇਹ ਸਾਡਾ ਮਾਇੰਡਸੈਟ ਜਿਹੜਾ ਇਹ ਵੀ ਪ੍ਰਚਾਰ ਇਹਦੇ ਲਈ ਜ਼ਰੂਰੀ ਹੈ ਕਿ ਵੀ ਅਸੀਂ ਇਸ ਮੈਂਟੈਲਿਟੀ ਨੂੰ ਜਿਹੜਾ ਜ਼ਾਤ ਪਾਤੀ ਸਿਸਟਮ ਹੈ ਜ਼ਾਤਾਂ ਦੇ ਨਾਂ 'ਤੇ ਅਸੀਂ ਗੁਰਦੁਆਰੇ ਬਣਾਏ ਹੋਏ ਨੇ ਜ਼ਾਤਾਂ ਦੇ ਨਾਂ 'ਤੇ ਅਸੀਂ ਇੱਕ ਦੂਜੇ ਨੂੰ ਉੱਚਾ ਨੀਵਾਂ ਦਿਖਾਉਂਦੇ ਹਾਂ ਜ਼ਾਤਾਂ ਦੇ ਨਾਂ 'ਤੇ ਅਸੀਂ ਵੋਟਾਂ ਪਾਉਂਦੇ ਹਾਂ ਸੋ ਇਸ ਸਾਰੇ ਨੂੰ ਹੁਣ ਕਹੋ ਕਿ ਜੀ ਉਹ ਤੁਹਾਡੇ ਬਾਹਰਲੇ ਆ ਕੇ ਸਿੱਖ ਬਣ ਕੇ ਅਤੇ ਤੁਹਾਡੀ ਖਾਲਿਸਤਾਨ ਦਾ ਪਲੇਬਿਸਾਈਡ ਪੰਜਾਬ 'ਚ ਕਰਨਗੇ ਇਹ ਗੱਲ ਨਹੀਂ ਹੈ ਅਸੀਂ ਆਪਣੇ ਬਲਬੂਤੇ 'ਤੇ ਔਰ ਐਸੀ ਵੀ ਗੱਲ ਨਹੀਂ ਹੈ ਅੱਜ ਸਾਡੇ ਕੋਲ ਇੱਕ ਖਿੱਤਾ ਇਹ ਭਾਵੇਂ 60% ਬਣਾ ਦੇਣ ਜਾਂ ਘੱਟ ਬਣਾ ਦੇਣ ਜਿਹਦੇ ਕੋਲ ਪੰਜਾਬ ਦੇ ਵਿੱਚ 12-13% ਜਿਹੜੀ ਸੋਲਿਡ ਹਿੰਦੂ ਪਾਪੂਲੇਸ਼ਨ ਹੈ ਜਿਨ੍ਹਾਂ 'ਚ ਵੀ ਹੁਣ ਉਹ ਆਸ਼ੂ ਵਰਗੇ ਵੀਰ ਵੀ ਨੇ ਜਿਹੜੇ ਆਪਣੇ ਦੋਸਤਾਂ ਨਾਲ ਪ੍ਰਚਾਰ ਕਰਨਾ ਚਾਹੁੰਦੇ ਨੇ ਜਿਹਨਾਂ ਨੂੰ ਜੇ ਖਾਲਿਸਤਾਨ ਦਾ ਨਕਸ਼ਾ ਜਿਹੜਾ ਉਹਨਾਂ ਦੇ ਮੁਤਾਬਕ ਬਣਾ ਦਿਓ ਤਾਂ ਉਹ ਬਣਾਉਣ ਲਈ ਤਿਆਰ ਨੇ ਸੋ ਮੈਂ ਸਮਝਦਾ ਵੀ ਇੱਡੀ ਘਬਰਾਉਣ ਦੀ ਗੱਲ ਨਹੀਂ ਹੈ ਜਿਹੜਾ ਪਾਰਟ ਉਹਨਾਂ ਨੇ ਅਖੀਰ ਦੇ ਵਿੱਚ ਕਿਹਾ ਕਿ ਵੀ ਅਸੀਂ ਗਿਣਤੀ ਵਧਾਉਣ ਦਾ ਯਤਨ ਜ਼ਰੂਰ ਕਰੀਏ ਉਹ ਪ੍ਰਚਾਰ ਹੀ ਹੈ ਤਰੀਕਾ ਉਹਦੇ 'ਚ ਅਸੀਂ ਦੂਜੇ ਤਰੀਕੇ ਵੀ ਨਹੀਂ ਅਪਣਾ ਸਕਦੇ ਈਸਾਈਆਂ ਵਾਂਗ ਜਾਂ ਦੂਜਿਆਂ ਵਾਂਗ ਕਿ ਜੀ ਤੁਸੀਂ ਕੋਈ ਲਾਲਚ ਦੇ ਕੇ ਬਣਾਉਣਾ ਇਹ ਵੀ ਸਿੱਖੀ ਦੇ ਖਿਲਾਫ਼ ਔਰ ਸਿੱਖੀ ਵੈਸੇ ਵੀ ਖੁਸ਼ਬੋ ਨਾਲ ਕੋਈ ਸਿੱਖੀ ਚਾਹਣ ਜਾਂ ਜਿਵੇਂ ਵਣਜਾਰਿਆਂ ਦੀ ਗੱਲ ਹੈ ਉਹਨਾਂ ਦੀਆਂ ਜੜ੍ਹਾਂ ਸਿੱਖੀ 'ਚ ਨੇ ਉਹਨਾਂ ਨੂੰ ਅਸੀਂ ਜ਼ਰੂਰ ਲੈ ਕੇ ਆਈਏ ਸੋ ਕੁੱਲ ਮਿਲਾ ਕੇ ਇੰਨੀ ਉਦਾਸੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਕਿ ਵੀ ਅਸੀਂ ਵਰਤਮਾਨ ਤੋਂ ਬਿਲਕੁਲ ਹੀ ਨਿਰਾਸ਼ ਹੋਈਏ ਵਰਤਮਾਨ 'ਚ ਚੈਲੇਂਜ ਨੇ ਬਹੁਤ ਜ਼ਿਆਦਾ ਨੇ ਦੁਸ਼ਮਣ ਸਾਡਾ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਹੈ ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਹੈ ਪਰ ਇੰਨੀ ਵੀ ਗੱਲ ਨਹੀਂ ਇੰਨੀ ਵੀ ਨਾ ਉਮੀਦੀ ਦੀ ਗੱਲ ਨਹੀਂ ਹੈ ਇਤਨਾ ਵੀ ਨਹੀਂ ਨਾ ਉਮੀਦ ਇਕਬਾਲ ਆਪਣੇ ਕਿਸ਼ਤੇ ਵਿਰਾਂ ਸੇ ਜ਼ਰਾ ਨਮ ਹੋ ਤੋ ਇਹ ਮੱਟੀ ਬੜੀ ਜ਼ਰਖੇਜ਼ ਹੈ ਸਾਕੀ ਕਿ ਵੀ ਮੈਂ ਇੰਨਾ ਵੀ ਇਕਬਾਲ ਕਹਿੰਦੇ ਨੇ ਉਪਰਾਮ ਨਹੀਂ ਹੈ ਆਪਣੇ ਭਰਾਵਾਂ ਤੋਂ ਥੋੜ੍ਹਾ ਜਿਹਾ ਵੱਤਰ 'ਚ ਹੋਣੀ ਚਾਹੀਦੀ ਹੈ ਜ਼ਮੀਨ ਅਤੇ ਇਹ ਬੜੀ ਫਰਟਿਲ ਹੈ ਬੜੀ ਉਪਜਾਊ ਹੈ ਸੋ ਦ੍ਰਿੜਤਾ ਦੇ ਨਾਲ ਇਹ ਦੇਖੋ ਵੀ ਖਾਲਿਸਤਾਨ ਦਾ ਝੰਡਾ ਪੰਜਾਬ 'ਚ ਕਿਸੇ ਨੇ ਆ ਕੇ ਨਹੀਂ ਫਰਾਣਾ ਕਿ ਸਾਡੇ ਅਖੀਰਲੇ ਸਾਹ ਤੋਂ ਪਹਿਲਾਂ ਅਸੀਂ ਦੇਖ ਲਈਏ ਆਪ ਝੰਡਾ ਚੁੱਕੀਏ ਕਿ ਵੀ ਅਸੀਂ ਝੁਲਾਉਣਾ
ਤੇ ਉਹਦੇ ਲਈ ਐਫਰਟ ਕਰੀਏ, ਇਹ ਪ੍ਰੈਕਟੀਕਲ ਐਸਪੈਕਟ ਜੀ. ਡਾਕਟਰ ਸਾਹਿਬ ਇੱਥੇ ਵੇਲਾ ਹੋ ਗਿਆ ਛੋਟੇ ਬ੍ਰੇਕ ਦਾ. ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਇੱਕ ਛੋਟੇ ਬ੍ਰੇਕ ਤੋਂ ਬਾਅਦ.